درود شریف آواز بلند بسم اللہ الرحمن الرحیم الحمد للہ رب العالمین الرحمن الرحیم صراط المستقیم صراط الذین انعمت علیہم غیر المغضوب علیہم ولا الضالین اللهم صل علی محمد وآل محمد وعجل فرج آل محمد صلوات پڑھو بآواز بلند اللهم صل علی درود پڑھنا ایک بڑی اہم عبادت مل کے صلوات پڑھو اللہ خوشنودی منتظر زمانہ دی خاطر درود بھیجو اللہ اللہم صلی علی اکھ بند کر کے استقبال روح معصومہ دی خاطر درود بھیجو اللہ جڑے موالی بیٹھو حیدر اقرار دے مل کے نام امیر دی گونجو اے حیدر مہربانی یہاں شریف آؤ سب تو پہلے تو میری دعا نے کہ مولا کائنات تن کل دنیا دے دکھاں تکلیفاں تو محفوظ رکھ ساری اس نازک دور دیاں مجلساں خلاق عالم حقیقی بادشاہ عبادت شمار کرے شغل شمار نہ کرے اس نازک دور دے وچ ہر شریف دی عزت محفوظ رہے مریم حسین حسین کریں دے اٹھی ہوئی علی علی کریں دے دامن پنجاں تے باہراں دا ہوے ہتھ اساں گنہگاراں دا ہوے خدا تعالی بانی مجلس میرے بیٹے میرے عزیز علی عباس دی پوری وچھائی مولا منظور تے مقبول فرما رہا ہے انہاں لوگوں دے رزق وچ مولا کائنات برکت پاوے انہاں دے خرچ خراجات نظر نیاز دربار زہرا وچ مولا منظور تے مقبول فرماوے انہاں دے جتنے بھی مرحومین مولا انہاں نوں کروٹ کروٹ جنت نصیب فرماوے مولا انہاں دے صغیرہ کبیرہ گناہ معاف فرماوے مولا انہاں دیاں قبراں منور فرماوے تسا جتنے آئے بیٹھے اس دربار عالی وچ مولا تہاڈا ٹورایا منظور تے مقبول فرماوے ہن درود بھیجو آل محمد دی ذات تے اللہم صلی علی دیر سر بیٹھے ہو صلوات سارے نو یاد مل کے صلوات پڑھو اللہم صلی علی محمد ہے اجازت میں پڑھائی شروع کرا تہاڈا بھی حکم ہے ہتھ چھوڑ پاؤ اللہ تہانوں رنگ لاوے چھوڑو تو سنارا نہیں ماریا ہے درے دامنے وقت اچھ کوئی گنجائش ہی نہیں لاؤ جی چلو ایک شیر پڑھ دینا انہیں تو ٹھیک کا نہیں تو سب پچھلے ہی بول لے کرو بھئی آمین تے واہ واہ کریں دے باہر تے وقت اندر اے یا علی
ਤੇਰਾ ਮੂੰਹ ਫੱਕਦਾ ਪਿਆ ਅਲੀ ਦਾ ਨਾਂ ਲਿਆ ਹੈਦਰੇ ਸਾਰੇ ਬੋਲੇ ਕਰੋ ਤੁਹਾਡੀ ਹਯਾਤੀ ਹੋਵੇ ਉਹ ਬਜ਼ੁਰਗਾਂ ਦੇ ਅਲੀ ਦੀ ਮਦਹਤ ਦੇ ਗੀਤ ਗਾਵਾਂ ਤੇ ਰਾਜ਼ੀ ਰੱਬੁਲ ਵਹਾਬ ਹੋਵੇ ਜਿੰਨਾ ਮੂੰਹ ਅੱਜ ਜ਼ਬਾਨਾ ਹੋਵੇ ਨਾ ਅਲੀ ਦੀ ਮਦਹਤ ਦੇ ਗੀਤ ਗਾਵਾਂ ਸਿਰ ਨਹੀਂ ਹਿਲਾਣਾ ਤੇ ਰਾਜ਼ੀ ਰੱਬੁਲ ਵਹਾਬ ਹੋਵੇ ਅਲੀ ਦਾ ਬਣ ਕੇ ਨਾ ਕਹਿੰਦਾ ਬਣਦਾ ਤੇ ਤੰਗ ਕਿਉਂ ਸ਼ੇਖ ਸ਼ਾਬ ਹੋਵੇ ਉਹ ਫਰਮਾਇਦੇ ਹੁੰਦੇ ਆ ਅਲੀ ਦਾ ਬਣ ਕੇ ਗੁਜ਼ਾਰ ਬੰਦਾ ਸਵਾਬ ਬੰਬੇ ਹਿਸਾਬ ਹੋਵੇ ਕਬਰ ਦੀ ਮਿੱਠੀ ਹਯਾ ਕਰੇ ਸੀ ਜੇ ਪੇਸ਼ ਬਾਬੂ ਤੁਰਾ ਤੁਹਾਡੀ ਹਯਾਤੀ ਹੋਵੇ ਤੁਹਾਨੂੰ ਗਾਜ਼ੀ ਰੰਗ ਲਾਵੇ ਅਲੀ ਵਾਲੇ ਹਲਾਲੀ ਦਾ ਦੂਜੇ ਕਰਕੇ ਹਾਏ ਲਾਰੀ ਤੁਹਾਡੀਆਂ ਹਯਾਤੀਆਂ ਤੁਹਾਨੂੰ ਮੌਲਾ ਰੰਗ ਲਾਵੇ ਜਿਹੜੇ ਨੇ ਬੋਲੇ ਢੇਰ ਜੀ ਹੋ ਪਏ ਤੁਹਾਡੀ ਹਯਾਤੀ ਬਸ ਸ਼ੇਰ ਕਸੀਦੇ ਦਾ ਜੀ ਚਲੋ ਜੀ ਹਾਜ਼ਰੀ ਮੇਰੇ ਤੋਂ ਬਿਹਤਰ ਪੜ੍ਹਨ ਵਾਲਾ ਜੀ ਤਸ਼ਰੀਫ ਫਰਮਾ ਨੇ ਮੇਰੇ ਅਜ਼ੀਜ਼ ਨੇ ਜੀ ਅੱਲਾ ਯਾਤੀ ਕਰੇ ਦੌਰ ਹਾਜ਼ਰਤ ਦਾ ਸ਼ਾਬਾਸ਼ ਜ਼ਾ ਕਰੇ ਜੀ ਕਾਜ਼ੀ ਵਸੀਮ ਅੱਬਾਸ ਸਾਹਿਬ ਜ਼ੈਨ ਜੀਵਨ ਸਾਹਿਬ ਮੌਲਾ ਕੌਰੀ ਸਾਹਿਬ ਨੂੰ ਕਰਵਟ ਕਰਵਟ ਜੰਨਤ ਨਸੀਬ ਮੌਲਾ ਉਹਨਾਂ ਦੇ ਸਗੀਰਾ ਕਬੀਰਾ ਗੁਨਾਹ ਮਾਫ ਚਲੋ ਜੀ ਤੁਹਾਡਾ ਹੁਕਮ ਤੂੰ ਮੇਰੇ ਆਖੇ ਹੱਥ ਛੋੜੇ ਹੀ ਨਹੀਂ ਮੈਂ ਤੇਰੇ ਆਖੇ ਹੱਥੀ ਪਾਏ ਵਜਾ ਤੇਰੇ ਦੋਵੇਂ ਸਾਵੇ ਪਰਨੇ ਵਾਲਿਆਂ ਨਾਰਾ ਨਹੀਂ ਮਾਰਿਆ ਹੈਦਰੀਆ ਅਬੁਲ ਹਸਨੈਨ ਮਰਕਜ਼ ਜਨਵਾਰੇ ਕਾਇਨਾਤ ਮੌਲੂਦੇ ਕਾਬਾ ਬੋਲੇ ਕਰੋ ਨੁਸਰਤ ਅੰਬਈਆ ਜਿਹੜੇ ਇਧਰ ਬੈਠੇ ਹੋ ਮੁੰਬਈ ਜੋਦੋ ਸਖਾ ਜ਼ੈਗਾ ਮੇ ਕਿਰਦਗਾਰ ਸਬਰ ਦਾ ਪਰਵਰਦਿਗਾਰ ਆਈ ਨਾਈ ਮੁਹੰਮਦ ਮੋਸਨ ਇਨਸਾਨੀਅਤ ਨਾਜ਼ਮ ਕਾਇਨਾਤ ਆਸਮਾਨ ਵਿਲਾਇਤ ਦਾ ਪਹਿਲਾ ਤਾਜਦਾਰ ਭਾਈ ਕਿਆ ਬਾਤ ਹੈ ਤੁਹਾਡੀ ਤੁਹਾਨੂੰ ਗਾਜ਼ੀ ਰੰਗ ਲਾਵੇ ਐ ਮਮੀਤੁਲ ਮੌਤ ਉਸਨੂੰ ਅਖੀਂਦਾ ਜਿਹੜਾ ਮੌਤ ਨੂੰ ਹੀ ਮਾਰਨ ਵਾਲਾ ਹੋਵੇ ਕੱਦੀ ਵਾਲੇ ਉਹ ਮੁਸੱਵਰ ਤਸਵੀਰ ਆਦਮ ਸਰਕਾਰ ਅਮੀਰ ਅਲ ਮੋਮਿਨੀਨ ਅਲੀ ਇਬਨ ਅਬੀ ਤਾਲਿਬ ਅਲੈਹ ਸਲਾਮ ਦੀ ਸ਼ਾਦੀ ਦਾ ਕਸੀਦਾ ਤੁਹਾਨੂੰ ਤਾਂ ਇਨਸ਼ਾਅੱਲਾ ਕੁਝ ਹੀ ਨਾ ਹੋਵੇ ਤੁਹਾਡੀਆਂ ਹਯਾਤੀਆਂ ਹੋਵੇ ਜ਼ੋਰਾ ਤਾਰੇ ਦੇ ਇੰਤਖਾਬ ਹੋਇਆ ਜਨਾਬ ਸਾਦਕੇ ਆਲੇ ਮੁਹੰਮਦ ਦਾ ਫਰਮਾਨ ਹੈ ਜਿਹੜੇ ਪਿਛਲੇ ਬੈਠੇ ਹੋ ਜਿਹੜਾ ਬੰਦਾ ਸਾਡੀ ਫਜ਼ੀਲਤ ਸੁਣ ਕੇ ਖੁਸ਼ ਹੋਵੇ ਔਰ ਆਸ਼ਸ਼ ਕਰਕੇ ਤਾਤ ਦੇਵੇ ਸਾਡੀ ਫਜ਼ੀਲਤ ਦੀ ਗਵਾਹੀ ਦੇਵੇ ਉਹ ਬੰਦਾ ਆਪਣੀ ਮਾਂ ਦਾ ਸ਼ੁਕਰੀਆ ਅਦਾ ਕਰੇ ਜਦੋਂ ਹਲਾਲ ਲੱਗ ਆਇਆ ਬੋਲੇ ਕਰੋ ਮੂੰਹ ਭੀੜ ਬੰਦ ਤੁਹਾਨੂੰ ਗਾਜ਼ੀ ਤੁਹਾਡੀਆਂ ਬਾਜੀ ਇੱਕ ਸ਼ੇਰ ਇੱਕ ਸੀਨਿਆਂ ਦੀ ਫੈਕਟਰੀ ਹੈ ਵਸੀਮ ਅੱਬਾਸ ਦੀ ਜ਼ੋਹਰਾ ਤਾਰੇ ਦਾ ਇੰਤਖਾਬ ਹੋਇਆ ਜੀ ਤੋਂ ਅਲੀ ਦੀ ਸ਼ਾਦੀ ਦਾ ਕੰਮੀ ਬਣ ਕੇ ਜਾਣਾ ਸਾਰੇ ਸਿਤਾਰੇ ਇਕੱਠੇ ਹੋ ਗਏ ਜ਼ੋਰ ਰੱਖੇ ਨੇ ਬੜੀ ਕਿਸਮਤ ਆਲਾ ਤਾਰਾ ਮਿਹਨਤ ਤੇ ਕੋਸ਼ਿਸ਼ਾਂ ਕੀਤੀਆਂ ਜਾ ਤੋ ਰਹੇ ਤੂੰ ਇਤਨੇ ਮੁਕਦਰ ਆਲਾ ਤਾਰਾ ਤੂੰ ਉਹਨਾਂ ਗਲੀਆਂ ਚ ਵੀ ਲਾਣਾ ਜਿਹਨਾਂ ਗਲੀਆਂ ਦੀਆਂ ਅੱਲਾਹ ਨੇ ਕਸਮਾਂ ਚ ਆਈਆਂ ਜਿਹੜੇ ਸਮਝਦਾਰ ਪੜ੍ਹੇ ਲਿਖੇ ਬੰਦੇ ਆਏ ਬੈਠੇ ਹੋ ਤੁਹਾਡੀ ਜ਼ਿੰਦਗੀ ਹੋਵੇ ਤੁਹਾਨੂੰ ਗਾਜ਼ੀ ਰੰਗ ਲਾਵੇ ਉਹਨਾਂ ਕੇ ਜਾ ਰਹੇ ਸਾਨੂੰ ਆ ਕੇ ਅਲੀ ਦੀ ਸ਼ਾਦੀ ਦਾ ਹਾਲ ਦੱਸੇ ਹਬੀਬ ਸ਼ਾਹ ਜੀ ਸ਼ਾਦੀ ਦਾ ਹਾਲ ਦੱਸੇ ਮਿਰਜ਼ਾ ਤੇਰੀ ਹਯਾਤੀ ਹੋਵੇ ਉਸ ਆਖੇ ਮੈਨੂੰ ਵੰਜਣ ਦਿਓ ਅਲੀ ਦੀ ਸ਼ਾਦੀ ਹੋਵਣ ਦਿਓ ਬਸ ਹੱਟਣ ਦਿਓ ਲੋਹੀਆ ਲਿਆ ਮੈਂ ਬੜੀ ਦੱਸੇ ਸਾਂ ਮੇਰੇ ਨਾਲ ਨਾ ਬੋਲਿਓ ਮੈਂ ਤੇਰੇ ਰਾਤੀ ਖਾਬ ਵਿੱਚ ਮਿਲ ਸਾਂ ਅੱਲਾ ਤੇਰੀ ਹਯਾਤੀ ਕਰੇ ਮੌਲਾ ਦਾ ਚਲਾ ਗਿਆ ਜ਼ੋਹਰਾ ਅਲੀ ਦੀ ਸ਼ਾਦੀ ਦਾ ਕੰਮੀ ਬਣ ਕੇ ਭਾਈ ਸਾਹਿਬ ਸ਼ਾਦੀ ਅਲੀ ਦੀ ਹੋ ਗਈ ਜ਼ੋਹਰਾ ਵਾਪਿਸ ਆ ਗਿਆ ਸੂਰਜ ਉਠਾ ਗਏ ਉਸ ਅੱਗੇ ਆ ਗਿਆ ਅਲੀ ਦੀ ਸ਼ਾਦੀ ਦਾ ਹਾਲ ਉਸ ਅੱਗੇ ਅਮੀਰ ਮੋਮਿਨੀਨ ਲੰਗਰ ਆਸਮਾਨੋ ਜ਼ਮੀਨ ਦੀ ਸ਼ਾਦੀ ਤੇ ਮੈਂ ਛੋਟੇ ਜਿਹੇ ਤਾਰਾ ਕੇ ਬਿਆਨ ਕਰਾਂ ਸੂਰਜ ਅੱਗੇ ਦੀ ਸ਼ਾਦੀ ਡਿੱਠੀ ਕਾਹੀ ਹੋ ਉਸ ਅੱਗੇ ਬੜੀ ਡਿੱਠੀ ਹੈ ਬਦਸਤਾ ਕਿਉਂ ਨਹੀਂ ਹੋ ਉਸ ਅੱਗੇ ਸੱਚੀ ਪੁੱਛੇ ਅਲੀ ਦੀ ਇਤਨੀ ਵਸੀ ਸ਼ਾਦੀ ਆਈ ਮੇਰੀ ਸਮਝ ਚ ਆਈ ਨਹੀਂ ਆ ਭਾਈ ਕਿਆ ਬਾਤ ਹੈ ਤੁਹਾਡੀ ਤੁਹਾਨੂੰ ਮੌਲਾ ਰੰਗ ਲਾਵੇ ਪਿਛਲੇ ਹੋ ਤੁਸੀਂ ਜੀ ਹੋ ਪਏ ਉਸ ਅੱਗੇ ਕਈ ਗੱਲ ਤਾਂ ਤੈਨੂੰ ਯਾਦ ਹੋਣੀ ਹੈ
ਉਸਾ ਕਿ ਸੱਚੀ ਪੁੱਛੋ ਮੈਨੂੰ ਤਾਂ ਮੋਟੀਆਂ ਮੋਟੀਆਂ ਗੱਲਾਂ ਯਾਰ ਲੱਕੜ ਦਾ ਬਾਂਦਰ ਸਾਰੇ ਇਕੱਠੇ ਹੋ ਜਾਓ ਜੀ ਮੈਨੇ ਇੱਕ ਇੱਕ ਨੂੰ ਦੱਸਣੀ ਸਦਕੇ ਸੂਰਜ ਨੇ ਐਲਾਨ ਕੀਤਾ ਦੂਏ ਸਿਤਾਰਿਆਂ ਨੂੰ ਆ ਜਾਓ ਜ਼ੋਰ ਆ ਗਏ ਆਹਾ ਅਲੀ ਦੀ ਸ਼ਾਦੀ ਦਾ ਹਾਲ ਪੁੱਛੀਏ ਉਹ ਸਾਰੇ ਸਿਤਾਰੇ ਇਕੱਠੇ ਹੋ ਗਏ ਜੀ ਅੱਧੇ ਜ਼ੋਰਾ ਤੇ ਜਦੋਂ ਦੂਏ ਉਹ ਸੁੱਤੇ ਦੱਸੀਆਂ ਤੇ ਮੈਂ ਕੱਦੀ ਤੇ ਦੱਸਿਆ ਦਾ ਸਦਕੇ ਨਾਰਾ ਹਰੀ ਤੁਹਾਡੀ ਜ਼ਿੰਦਗੀ ਦਾ ਰਾਹ ਦੱਸੋ ਜੀ ਜਨਾਬ ਬਿਲਕੁਲ ਇੱਕੋ ਹੀ ਤੇ ਪੜਦਾ ਹੀ ਆ ਇਹਨਾਂ ਦੇ ਹੁਕਮ ਦੀ ਤਾਬੀ ਹਾਂਜੀ ਜਦੋਂ ਤੂੰ ਸਦੇ ਸੇ ਪੂਰੀ ਪੜਸਾਂ ਮੈਨੂੰ ਸਦੇ ਸੇ ਤਾਂ ਪਤਾ ਲੱਗ ਸੀ ਆ ਇਹ ਆ ਤੁਸੀਂ ਨਾਰਾ ਮਾਰੋ ਹੈਦਰੇ ਆ ਦਰੂਦ ਭੇਜਵਾਲ ਮੁਹੰਮਦ ਦੀ ਜ਼ਾਤ ਤੇ ਅੱਲਾਹੁਮਾ ਸ਼ਾਦੀ ਅਲੇ ਦੇ ਸ਼ਾਦੇ ਇਧਲਿਆਂ ਤੇ ਇਧਲਿਆਂ ਦੇ ਬੋਲਣ ਦਾ ਮੁਕਾਬਲਾ ਅਲੇ ਦੇ ਸ਼ਾਦੇ ਅਲੇ ਦੇ ਸ਼ਾਦੀ ਹਯਾਤੀ ਉਹ ਵੀਰ ਮਾਲ ਵਾਲਿਆ ਜਿਵੇਂ ਸ਼ਾਦੀ ਅਲੀ ਦੀ ਤੁਹਾਡੀਆਂ ਜ਼ਿੰਦਗੀਆਂ ਅਲੇ ਦੇ ਸ਼ਾਦੀ ਪਹੁੰਚੀਓ ਦਾਦਾ ਲਿਓ ਤੁਸੀਂ ਜੀਓ ਅਲੇ ਦੇ ਸ਼ਾਦੀ ਅਲੇ ਜਿਹੜੇ ਨਹੀਂ ਪੈ ਬੁਲੇਂਦੇ ਮੈਂ ਤਾਰੀਖ ਲਾ ਮੈਂ ਫਕੀਰ ਸੈਯਦਾ ਮੇਰਾ ਉੱਤਰ ਰਾਬਤਾ ਹੈ ਸ਼ਾਦੀ ਜ਼ਿੰਦਾਬਾਦ ਜ਼ਿੰਦਾਬਾਦ ਸ਼ਾਦੀ ਬਛੜੇ ਸ਼ਾਦੀ ਜਿਹੜਾ ਬੰਦਾ ਸ਼ਾਦੀ ਹੈ ਚੁੱਪ ਰਵੇ ਉਹ ਭੁੱਖਾ ਰਹਿ ਹੋਈਦਾ ਜੀਓ ਮਲੰਗ ਨੂੰ ਮੈਨੂੰ ਦੋ ਦੇ ਉਹਦੇ ਪੰਗਰ ਸ਼ਾਦੀ ਅਲੇ ਦੇ ਸ਼ਾਦੀ ਤੁਹਾਡੀਆਂ ਹਯਾਤੀਆਂ ਸ਼ਾਦੀ ਅਲੀ ਦੀ ਅਲੇ ਦੇ ਸ਼ਾਦੀ ਅਲੇ ਦੇ ਸ਼ਾਦੀ ਜਿਹੜਾ ਅਲੀ ਦੀ ਸ਼ਾਦੀ ਚ ਨਾ ਬੋਲੇ ਮੈਨੂੰ ਚੰਗਾ ਨਹੀਂ ਲੱਗਦਾ ਸ਼ਾਦੀ ਜ਼ੋਰਾਂ ਨੂੰ ਖੁਮਾਰ ਕੱਦੀ ਵਾਲਿਓ ਅਲੇ ਦੇ ਮੀਰ ਸਾਹਿਬ ਪਾਕਿਸਤਾਨ ਦਾ ਬਹੁਤ ਬੜਾ ਜ਼ਾਦਾ ਮੀਰ ਮੁਹੰਮਦ ਅਲੀ ਬਟ ਸ਼ਾਦੀ ਮੈਂ ਦਰਵੇ ਤੁਹਾਨੂੰ ਕਿਆ ਦੱਸਾਂ ਖੁਸ਼ੀਆਂ ਮੈਂ ਕਿਆ ਸੁਣਾ ਸ਼ਾਦੀ ਜ਼ਿੰਦਾਬਾਦ ਜ਼ਿੰਦਾਬਾਦ ਜਾਦੇ ਅਲੇ ਦਾ ਤੁਹਾਡੀ ਜ਼ਿੰਦਗੀ ਹੋਵੇ ਜ਼ੋਹਰਾ ਦੱਸੇਂ ਤੁਹਾਨੂੰ ਗਾਜ਼ੀ ਰੰਗ ਮਿਹਰਬਾਨੀ ਜੀ ਮੌਲਾ ਅਲੀ ਅਬਾਸ ਦੀ ਹਯਾਤੀ ਕਰੇ
ਹੈਦਰੀ ਤੁਸਾਂ ਹੱਲੇ ਹੀ ਨੇ ਤੁਹਾਡੀ ਜ਼ਿੰਦਗੀ ਸਮਝਦਾਰ ਤੇਰੀ ਜ਼ਿੰਦਗੀ ਹੋਵੇ ਪਚੜਿਆ ਸਲੀ ਦੱਸੇ ਰੱਖਿਓ ਜੀ ਆਈ ਸੋਰਾ ਦੱਸਣ ਦਾ ਪੀਏ ਸੋਰਾ ਵੇਖ ਕੀ ਯਾਦ ਜਨਾਬ ਜ਼ਾਕਿਰ ਹਮਾਦ ਰਜ਼ਾ ਹੈਦਰੀ ਔਰ ਇਹਨਾਂ ਤੋਂ ਬਾਅਦ ਜ਼ੈਨ ਜੀਵਨ ਔਰ ਉਹਨਾਂ ਤੋਂ ਬਾਅਦ ਜਨਾਬ ਕਾਜ਼ੀ ਵਸੀਮ ਅਬਾਸ ਖਾਨੇਵਾ ਮੁਮਿਨੀਨ ਇਕਰਾਮ ਹੁਣ ਤੁਹਾਡੇ ਸਾਹਮਣੇ ਬਿਰਾਦਰ ਮੁਹਤਰਮ ਕਸਾਇਦ ਕੀ ਦੁਨੀਆ ਕਾ ਬੜਾ ਅੱਛਾ ਨਾਮ ਮੌਲਾ ਨੇ ਆਪਣਾ ਇੱਕ ਰੰਗ ਅਤਾ ਫਰਮਾਇਆ ਜਨਾਬ ਹਮਾਦ ਰਜ਼ਾ ਹੈਦਰੀ ਸਾਹਿਬ ਔਰ ਆਪ ਸਭ ਕੀ ਜਾਣੀ ਪਹਿਚਾਣੀ ਸ਼ਖਸੀਅਤ ਆਪ ਸਭ ਕੀ ਦਿਲੋਂ ਕੀ ਧੜਕਣ ਇਸ ਧਰਤੀ ਕਾ ਬਹੁਤ ਬੜਾ ਨਾਮ ਜਨਾਬ ਕਾਜ਼ੀ ਵਸੀਮ ਸਾਹਿਬ ਬਰਸਰੇ ਮੈਂਬਰ ਮੌਜੂਦ ਹੈ ਬਿਸਮਿਲ੍ਲਾ
گلو تو رکھا بزرگ بیٹھ سے مناسب نہیں لگتا. خیر